ਗੁੱਡ ਮਾਰਨਿੰਗ ਸਟੂਡੈਂਟਸ। ਹਾਂਜੀ ਬੇਟਾ, ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ ਕਣਕ ਦੇ ਪ੍ਰਮੁੱਖ ਅਤੇ ਛੋਟੇ ਖੇਤਰ। ਕਿਹੜੀਆਂ ਉਹ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਕਣਕ ਪੈਦਾ ਹੁੰਦੀ ਆ, ਔਰ ਕਿਹੜੀਆਂ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਘੱਟ ਕਣਕ ਜਿਹੜੀ ਆ ਪੈਦਾ ਹੁੰਦੀ ਆ। ਜੇ ਅਸੀਂ ਸਭ ਤੋਂ ਵੱਧ ਕਣਕ ਦੀ ਜੇ ਗੱਲ ਕਰੀਏ ਪੈਦਾਵਾਰ ਦੀ, ਤਾਂ ਉਹਦੇ ਵਿੱਚ ਜਿਹੜੀ ਆ ਉੱਤਰ ਪ੍ਰਦੇਸ਼ ਜਿਹੜੀ ਸਟੇਟ ਆ ਉਹਨੂੰ ਸਭ ਤੋਂ ਵੱਧ ਵਰਖਾ ਵਾਲਾ ਖੇਤਰ ਮੰਨਿਆ ਜਾਂਦਾ ਆ, ਇਹ ਸਭ ਤੋਂ ਵੱਧ ਪੈਦਾਵਾਰ ਵਾਲਾ ਰਾਜ ਆ। ਜੇ ਅਸੀਂ ਪ੍ਰਤੀ ਹੈਕਟੇਅਰ ਜਿਹੜੀ ਆ ਕਣਕ ਦੀ ਝਾੜ ਦੀ ਗੱਲ ਕਰੀਏ, ਤਾਂ ਉਹ ਸਾਡਾ ਜਿਹੜਾ ਰਾਜ ਪੰਜਾਬ ਹੈ ਸਭ ਤੋਂ ਵੱਧ ਜਿਹੜੀ ਆ ਪ੍ਰਤੀ ਹੈਕਟੇਅਰ ਜਿਹੜਾ ਝਾੜ ਆ ਉਹ ਪੰਜਾਬ ਦੇ ਵਿੱਚ ਹੁੰਦਾ ਆ। ਇਸ ਤੋਂ ਇਲਾਵਾ ਜੇ ਅਸੀਂ ਹੋਰ ਖੇਤਰਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਕਣਕ ਕਾਫੀ ਮਾਤਰਾ ਦੇ ਵਿੱਚ ਪੈਦਾ ਹੁੰਦੀ ਹੈ, ਤਾਂ ਇਹ ਸਾਰੀਆਂ ਜਿਹੜੇ ਉਹ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਆ ਕਣਕ ਕਾਫੀ ਜਿਹੜੀ ਆ ਪੈਦਾ ਹੁੰਦੀ ਆ, ਖਾਸ ਕਰਕੇ ਗੰਗਾ ਅਤੇ ਸਤਲੁਜ ਦੇ ਜਿਹੜੇ ਮੈਦਾਨ ਆ, ਕਿਉਂਕਿ ਇਹ ਮੈਦਾਨ ਜਿਹੜੇ ਆ ਕਾਫੀ ਉਪਜਾਊ ਹੋਣ ਦੇ ਕਾਰਨ ਇੱਥੇ ਕਾਫੀ ਜਿਹੜੀ ਆ ਉਹ ਕਣਕ ਜਿਹੜੀ ਪੈਦਾ ਹੁੰਦੀ ਆ। ਔਰ ਤਿੰਨ ਜਿਹੜੀਆਂ ਸਾਡੀਆਂ ਸਟੇਟਸ ਨੇ ਜਿਹਦੇ ਵਿੱਚ ਕਿ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ, ਜਿਹੜੇ ਤਿੰਨ ਇਹ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਤਕਰੀਬਨ ਪੂਰੀ ਜਿਹੜੀ ਕਣਕ ਦੀ ਕੁੱਲ ਜਿਹੜਾ ਉਤਪਾਦਨ ਆ ਉਹਦੇ ਵਿੱਚ 72% ਜਿਹੜਾ ਹਿੱਸਾ ਆ ਇਹ ਤਿੰਨੇ ਸਟੇਟਾਂ ਮਿਲ ਕੇ ਜਿਹੜੀਆਂ ਇਹ ਪਾਉਂਦੀਆਂ ਨੇ। ਸੋ ਸਭ ਤੋਂ ਵੱਧ ਜੇ ਯੋਗਦਾਨ ਕਹੀਏ ਅਸੀਂ ਕਿ ਸਾਡੇ ਜਿਹੜੇ ਕਣਕ ਭੰਡਾਰ ਦਾ, ਉਹ ਇਹ ਤਿੰਨ ਰਾਜ ਪੂਰੇ ਕਰਦੇ ਨੇ, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ। ਇਸ ਤੋਂ ਇਲਾਵਾ ਕੁਛ ਹੋਰ ਖੇਤਰ ਜਿਵੇਂ ਕਿ ਰਾਜਸਥਾਨ ਆ, ਮੱਧ ਪ੍ਰਦੇਸ਼ ਅਤੇ ਬਿਹਾਰ ਜਿਹੜੀ ਸਟੇਟ ਆ ਇਹਨਾਂ ਦੇ ਵਿੱਚ ਵੀ ਕਣਕ ਕਾਫੀ ਜਿਹੜੀ ਆ ਪੈਦਾ ਕੀਤੀ ਜਾਂਦੀ ਆ। ਗੰਗਾ ਦੇ ਜਿਹੜੇ ਸਤਲੁਜ ਦੇ ਮੈਦਾਨ ਆ ਇਹਨਾਂ ਦੇ ਆਸ ਪਾਸ ਕਾਫੀ ਜਿਹੜੀ ਕਣਕ ਪੈਦਾ ਹੁੰਦੀ ਆ, ਕਿਉਂਕਿ ਇੱਥੋਂ ਦੀ ਜਿਹੜੀ ਮਿੱਟੀ ਆ ਉਹ ਕਾਫੀ ਉਪਜਾਊ ਆ, ਕਾਲੀ ਮਿੱਟੀ ਇੱਥੇ ਮਿਲਦੀ ਆ, ਔਰ ਜਿਹੜਾ ਦਰਿਆਈ ਇਲਾਕਾ ਹੋਣ ਦੇ ਕਾਰਨ ਕਾਫੀ ਜਿਹੜਾ ਇੱਥੇ ਫਸਲ ਜਿਹੜੀ ਆ ਚੰਗੀ ਹੁੰਦੀ ਆ। ਪੰਜਾਬ ਵਿੱਚ ਜਿਹੜੀ ਪੈਦਾਵਾਰ ਦੇ ਹਿਸਾਬ ਦੇ ਨਾਲ ਕਣਕ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਭ ਤੋਂ ਵੱਧ ਜਿਹੜੀ ਇੱਥੇ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਔਰ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਜਿਹੜੀਆਂ ਸਟੇਟਸ ਨੇ ਇਹ ਵੀ ਜਿਹੜੇ ਕਾਫੀ ਪੈਦਾਵਾਰ ਕਰਨ ਵਾਲੇ ਜਿਹੜੇ ਰਾਜ ਆ। ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਦੇ ਕੁਝ ਖੇਤਰ, ਮਹਾਰਾਸ਼ਟਰ ਦੇ ਵੀ ਕੁਝ ਖੇਤਰ ਅਤੇ ਪੱਛਮੀ ਬੰਗਾਲ ਦਾ ਵੀ ਕੁਝ ਹਿੱਸਾ ਜਿਹੜਾ ਆ ਇਹ ਵੀ ਇਹਦੇ ਵਿੱਚ ਵੀ ਜਿਹੜੀ ਆ ਕਣਕ ਪੈਦਾ ਹੁੰਦੀ ਆ, ਪਰ ਇਹ ਕਿਹੜੇ ਖੇਤਰ ਨੇ, ਛੋਟੇ ਖੇਤਰ ਨੇ ਜਿਨ੍ਹਾਂ ਦੇ ਵਿੱਚ ਕਾਫੀ ਘੱਟ ਕਣਕ ਜਿਹੜੀ ਪੈਦਾ ਹੁੰਦੀ ਆ। ਮਹਾਰਾਸ਼ਟਰ ਦਾ ਕੁਝ ਕੁ ਹਿੱਸਾ ਔਰ ਪੱਛਮੀ ਬੰਗਾਲ ਦਾ ਕੁਝ ਕੁ ਹਿੱਸਾ, ਹਾਲਾਂਕਿ ਪੱਛਮੀ ਬੰਗਾਲ ਦੇ ਵਿੱਚ ਚਾਵਲ ਜਿਹੜੇ ਆ ਕਾਫੀ ਜਿਹੜੇ ਪੈਦਾ ਹੁੰਦੇ ਆ, ਪਰ ਕਣਕ ਜਿਹੜੀ ਆ ਇੱਥੇ ਘੱਟ ਜਿਹੜੀ ਆ ਪੈਦਾ ਹੁੰਦੀ ਆ, ਇੱਥੋਂ ਦੇ ਪੌਣ ਪਾਣੀ ਦੇ ਹਿਸਾਬ ਦੇ ਨਾਲ, ਇੱਥੋਂ ਦੀ ਮਿੱਟੀ ਦੇ ਹਿਸਾਬ ਦੇ ਨਾਲ। ਸੋ ਰਾਜਸਥਾਨ ਦੇ ਵੀ ਕੁਝ ਖੇਤਰਾਂ ਦੇ ਵਿੱਚ ਜਿਹੜੀ ਆ ਉਹ ਇੰਨੇ ਹਿੱਸੇ ਦੇ ਵਿੱਚ ਜਿਹੜੀ ਆ ਕਣਕ ਉਹ ਪੈਦਾ ਕੀਤੀ ਜਾਂਦੀ ਆ। ਸੋ ਤਿੰਨ ਸਟੇਟਸ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਉਹ ਮੇਨ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਜਿਹੜੀ ਕਣਕ ਹੁੰਦੀ ਆ ਉਹ ਕਿਹੜੀਆਂ ਨੇ, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ। ਠੀਕ ਆ, ਇਹ ਜਿਹੜੀਆਂ ਸਟੇਟਸ ਨੇ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ, ਔਰ ਬਾਕੀ ਜਿਹੜੇ ਆ ਹੋਰ ਵੀ ਖੇਤਰ ਨੇ ਜਿਨ੍ਹਾਂ ਦੇ ਵਿੱਚ ਕਣਕ ਪੈਦਾ ਹੁੰਦੀ ਆ। ਸੋ ਆਈ ਹੋਪ ਤੁਹਾਨੂੰ ਇਹ ਸਮਝ ਆਈ ਹੋਊਗੀ ਕਿ ਕਿਹੜੇ ਉਹ ਖੇਤਰ ਨੇ ਜਿਹੜੇ ਪ੍ਰਮੁੱਖ ਨੇ ਔਰ ਕਿਹੜੇ ਜਿਹੜੇ ਆ ਜਿਨ੍ਹਾਂ ਦੇ ਵਿੱਚ ਮਾਈਨਰ ਜਿਹੜੀ ਇਹ ਕ੍ਰੋਪ ਹੁੰਦੀ ਆ। ਥੈਂਕ ਯੂ।